سنگھ ولید کی فیملی میں، اسے بہت پریشان کر رہی ہے مجھے۔ یہ انہوں نے رائٹ ہے مسٹر خان، جس قاتل سربراہ قتل ہو جاوے اور پولیس اس قاتل کو تلاش نہ کر سکے تو پھر پریشانی دے عالم وچ وہ گھر والے سانو پریشرائز نہیں کرن گے تو کینوں کرن گے؟ پولیس نے نا مراد اکبر نو کسی ثبوت دے نہ ہون دی وجہ نال چھڑتا ہے۔ ایسا ڈیڈ دی موت تے مینوں بہت پریشان کرتا ہے، مینوں کچھ سمجھ نہیں آتی کہ میں کی کراں کی نہ کراں۔ کدی کدی کڑیاں بھی اکت دی گل کر جاندیاں نے۔ دیکھو نا، میں دستگیر خان انویسٹیگیشن آفیسر تے ایس آفیسر نے پوچھا ہی نہیں کچھ تے ایویں ایک پردیسن کڑی نال پیار دے کچے پکے رستیاں تے چلنا شروع کر دیتا۔ ایک تے ایویں اساں لوکاں نے باہر دی ایجوکیشن دا ہوا بنایا ہویا وی، کردا چک کے باہر جاندے وی لکھاں روپے انہاں تے لگدا ہے، پھر سال ہاں سال ماں پیو انہاں دے قرضے لاندے رہندے نے۔ واقعی یہ تے میں کدی سوچیا وی نہیں سی۔ Excuse me, Mr. Abid. اے تو کس رشتے دی گل کر رہے ہیں؟ کمال ہے بھئی، تیرے تے اپنے رشتے دی۔ تے جے میں انکار کر دوں تے؟ احسن، ایک تے تو ہر ویلے مذاق دے موڈ وچ رہنا ہے۔ دراصل سنبھل، میں تینوں گل دسنا سمجھنا کہ ساڈی زندگی وچ خوشیاں گھٹ تے غم زیادہ نے، تے اللہ تعالیٰ نے بھی اپنے بندے نوں کہا ہے کہ ہر حال وچ خوش رہے۔ میں حیران ہاں کہ پاکستان چے کسی فیمیل نو پین کے سٹیکھن تو لوگ کیوں گھبراندے ہیں۔ چلو تواڈے رہن دا وی بندوبست کر ہی دینے۔ دستگیر ایتھے 30-35 ہزار تو زیادہ کی ملے گا؟ تے کوئی کڑی اوتھے پونڈز لا کے پڑھی ہوئے تے ایتھے روپے کمان واسطے کیوں آوے گی؟ گل کچھ ہور ہے بیٹا۔ اوہ اما جی، گل کچھ بھی ہوئے سانو کی، ਅਸੀਂ ਤਾਂ ਥੋੜ੍ਹੀ ਦੇਰ ਲਈ ਕਿਸੇ ਦੀ ਮਦਦ ਕਰਨੀ ਸੀ। ਲੱਗਦਾ ਹੈ ਕਿ ਅੱਜ ਕੱਲ੍ਹ ਤੁਹਾਡੀ ਫਰਿਸ਼ਤਿਆਂ ਨਾਲ ਬੜੀ ਮੁਲਾਕਾਤਾਂ ਹੋ ਰਹੀਆਂ ਨੇ। ਛੱਡੋ ਇਹ ਗੱਲਾਂ, ਮੈਂ ਵਾਕਈ ਤੁਹਾਨੂੰ ਲੱਭ ਰਹੀ ਸਾਂ। ਜ਼ਹੀ ਨਸੀਬ ਕੀ ਗਾਉਂ ਮੈਂ ਖੈਰੀਅਤ? ਹਾਂ ਖੈਰੀਅਤ, ਬਸ ਤੁਹਾਨੂੰ ਦੱਸਣਾ ਸੀ ਮੈਂ ਹਸਨ ਐਂਡ ਇਮਰਾਦ ਕੰਪਨੀ 'ਚ ਜੋਬ ਕਰ ਲਈ ਹੈ। What? ਵਾਹ, ਮੈਂ ਤਾਂ ਬੜਾ ਹੈਰਾਨ ਹੋ ਰਿਹਾ ਕਿ ਤੈਨੂੰ ਹਸਨ ਐਂਡ ਮੁਰਾਦ ਕੰਪਨੀ 'ਚ ਜੋਬ ਮਿਲ ਗਈ। ਇਹਦੇ ਵਿੱਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ? ਮੈਨੂੰ ਲੱਗਦਾ ਕਿ ਤੁਸੀਂ ਅਖਬਾਰ ਪੜ੍ਹਨਾ ਛੱਡ ਦਿੱਤਾ। ਪਤਾ ਕਿ ਇਸ ਕੰਪਨੀ ਦੇ ਮਾਲਿਕ ਹਸਨ ਸਾਹਿਬ ਦਾ ਕੁਛ ਅਰਸਾ ਪਹਿਲੇ ਬੜੇ ਅਜੀਬੋ ਗਰੀਬ ਤਰੀਕੇ ਨਾਲ ਕਤਲ ਹੋਇਆ? ਅਤੇ ਉਹਦਾ ਦੂਜਾ ਪਾਰਟਨਰ ਮੁਰਾਦ ਚੌਧਰੀ ਆਪਣੇ ਹੋਸ਼ੋਵਾਸ ਖੋ ਬੈਠਾ, ਮੇਰਾ ਮਤਲਬ ਹੈ ਪਾਗਲ ਹੋ ਗਿਆ। ਓਹ ਆਈ ਸੀ, ਸ਼ਾਇਦ ਐਸੇ ਲਈ ਆਪਤ ਤੇ باہوش تے باخبر انسان ہاں میں۔ چنگا ہی ہویا جی، تسی میں نے کچھ کیا؟ نہیں، میں اپنے آپ نہیں گل کر رہی سی۔ اچھا، میں مس لیزا دی سی وی ویکھی ہے، پتہ نہیں لندن دے کیڑے سکول تو پڑھ کے آئی ہے۔ بہرحال لیزا، ਸਾਨੂੰ ਆਪਣੇ ਮਾਮਲਾਤ ਕਿਸੇ ਥਰਡ ਪਰਸਨ ਦੇ ਸਾਹਮਣੇ ਓਪਨ ਨਹੀਂ ਕਰਨੇ ਚਾਹੀਦੇ। ਡਾਕਟਰ ਤੇ ਵਕੀਲ ਕੋਲ ਕੁਝ ਨਹੀਂ ਛੁਪਾਉਣਾ ਚਾਹੀਦਾ। ਅੱਛਾ।
ਉਹ ਸਾਡੀ ਡਾਕਟਰ ਹੈ ਜਾਂ ਵਕੀਲ ਹੈ? ਨਹੀਂ, ਉਹ ਸਾਡੇ ਆਫਿਸ ਦੇ ਸਾਰੇ ਖਾਤੇ ਦੇਖੇ, ਪੜ੍ਹੀ ਲਿਖੀ ਤੇ ਫੋਰਨ ਕੁਆਲੀਫਾਈਡ ਲੜਕੀ। ਉਹ ਬਈ ਤੂੰ ਵੀ ਤੇ ਲੰਡਨ ਤੋਂ ਬਿਜ਼ਨਸ ਫਾਈਨਾਂਸ ਪੜ੍ਹ ਰਹੀ ਹੈ ਤੇ ਉਹ ਤੇਰੇ ਤੋਂ ਕਾਬਿਲ ਕਿਵੇਂ ਹੋ ਸਕਦੀ ਹੈ ਜੀ? ਸਰ ਮੈਨੇਜਰ ਸਾਹਿਬ ਆਏ ਨੇ ਫੈਕਟਰੀ। ਹਸਨ ਸਾਹਿਬ ਦਾ ਬੜਾ ਦੁੱਖ ਹੋਇਆ, ਰੱਬ ਦੀ ਰਜ਼ਾ। ਨਹੀਂ ਨਹੀਂ, ਇਸ ਗੱਲ ਦੀ ਕੋਈ ਲੋੜ ਨਹੀਂ। ਮੈਂ ਤੇ ਅੱਜ ਦੀ ਮੀਟਿੰਗ ਦਾ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਿਹਾ ਸੀ। ਤੁਹਾਨੂੰ ਬੈਂਕ ਦੇ ਮਾਮਲਾਤ ਦਾ ਪਤਾ ਹੈ, ਸਾਨੂੰ ਰਨਿੰਗ ਫਾਈਨਾਂਸ ਟ੍ਰਾਂਸਫਰ ਕਰਨਾ ਪਏਗਾ ਕਿਉਂਕਿ ਇੱਕ ਪਾਰਟਨਰ ਦੀ ਡੈਥ ਹੋ ਚੁੱਕੀ ਹੈ ਅਤੇ ਦੂਸਰਾ ਆਊਟ ਆਫ ਸੈਂਸ ਹੈ। ਜੀ ਇਹ ਪਰਸਨਲ ਲੋਨ ਨੇ, ਇਹ ਰਨਿੰਗ ਫਾਈਨਾਂਸ ਜਿਹਦੀ ਇਹ ਕੰਪਨੀ ਜ਼ਿੰਮੇਦਾਰ ਹੈ। ਤੁਹਾਨੂੰ ਦੋਨਾਂ ਨੂੰ ਇਸ ਲਈ ਦੱਸਣਾ ਪੈ ਰਿਹਾ ਕਿ ਮੁਰਾਦ ਚੌਧਰੀ ਅਤੇ ਹਸਨ ਵਲੀਦ ਦੇ ਬੱਚੇ ਕੰਪਨੀ ਡਾਇਰੈਕਟਰ ਵਿੱਚ ਸ਼ਾਮਲ ਨੇ। ਕਿਸੇ ਵੀ ਇੰਸੀਡੈਂਟ ਦੀ ਸੂਰਤ ਦੇ ਵਿੱਚ ਤੁਸੀਂ ਦੋਵੇਂ ਹਸਨ ਐਂਡ ਮੁਰਾਦ ਕੰਪਨੀ ਦੇ ਡਾਇਰੈਕਟਰ। ਸ਼ਾਇਦ ਹਸਨ ਅੰਕਲ ਨੇ ਇਸਲੀ ਕੀਤਾ ਕਿ ਉਹਨਾਂ ਨੇ ਆਪਣੇ ਬੱਚਿਆਂ ਦੇ ਮੁਸਤਕਬਲ ਦਾ ਫੈਸਲਾ ਕੀਤਾ। ਹੁਣ ਸਾਡੇ ਲਈ ਕੀ ਹੋਊਗਾ? ਤੁਹਾਨੂੰ ਦੋਨਾਂ ਨੂੰ ਬੈਂਕ ਆ ਕੇ ਇਸ ਡੀਲ 'ਤੇ ਸਾਈਨ ਕਰਨੀ ਪੈਣੀ। ਸ਼ਾਹਿਦ ਬੇਟੇ ਜਾ ਆਪਣੇ ਅੱਬੂ ਵਾਸਤੇ ਪਾਣੀ ਲੈ ਕੇ ਆ।
ਸ਼ਾਹਿਦ ਆਬਦ ਕਿੱਥੇ ਹੈ? ਨਹੀਂ 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 ਅੱਛਾ ਨਹੀਂ ਨਹੀਂ ਇਨਸ਼ਾ ਅੱਲਾਹ ਪ੍ਰੋਗਰਾਮ ਬਣਾਉਣੇ, ਫਿਰ ਮਿਲਦੇ ਹਾਂ ਜ਼ਰੂਰ ਜ਼ਰੂਰ ਜ਼ਰੂਰ। ਅੱਛਾ ਤੁਹਾਡੀ ਤਬੀਅਤ ਕੈਸੀ? ਨਹੀਂ ਮੈਂ ਕਦੋਂ ਦਾ ਹਾਂ ਉਹ ਮੈਂ ਗੱਲ ਕੀਤੀ ਹੈ ਮਾਂ ਨਾਲ ਅਤੇ ਅੰਮੀ ਜੀ ਮੰਨ ਜਾਣਗੇ ਇਨਸ਼ਾ ਅੱਲਾਹ ਤਾਲਾ। ਵੈਸੇ ਵੀ ਉਹ ਹਾਂ ਉਹ ਪੁੱਛ ਰਹੇ ਸਨ ਕਿ ਲੰਡਨ ਦੀ ਪੜ੍ਹੀ ਕਿ ਕੁੜੀ ਨੂੰ ਪਾਕਿਸਤਾਨ ਜੋਬ ਕਰਨ ਦੀ ਕੀ ਲੋੜ ਹੈ, ਇਹੀ ਪੁੱਛ ਰਹੇ ਸਨ। ਹਾਂ ਇਹੀ ਪੁੱਛ ਰਹੇ ਸਨ। ਚਲੋ ਠੀਕ ਹੈ, ਓਕੇ ਜੀ, ਓਕੇ। ਇਸ ਬੰਦੇ ਨੂੰ ਚੈਨ ਨਹੀਂ ਆਉਂਦਾ ਜੀ, ਲੇਟ ਨਾਈਟ ਫੋਨ ਕਰਦਾ। ਕਿਹਦੇ ਨਾਲ ਗੱਲ ਕਰ ਰਿਹਾ ਸੀ? ਅੰਮਾ ਜੀ ਮੈਂ ਦੋਸਤ ਨਾਲ ਕਰ ਰਿਹਾ ਸੀ, ਲੰਡਨ ਤੋਂ ਆਇਆ ਸੀ। ਮੈਨੂੰ ਤਾਂ ਲੱਗਦਾ ਹੁਣ ਉਹਨੂੰ ਰੱਖਣਾ ਹੀ ਪਏਗਾ। ਕਿਹਨੂੰ ਰੱਖਣਾ ਪਏਗਾ? ਉਹ ਨਹੀਂ ਅੰਮਾ ਜੀ, ਮੈਂ ਉਸ ਉਹਦੀ ਗੱਲ ਕਰ ਰਿਹਾ, ਉਹ ਕੁੜੀ ਦੀ, ਮੇਰਾ ਮਤਲਬ ਹੈ ਉਹ ਲਿਜ਼ਾ ਦੀ। ਹਾਂਜੀ, ਇਹ ਲਿਜ਼ਾ ਦਾ ਭਰਾ ਹੈਗਾ ਸੀ ਜਿਹਨੇ ਲੰਡਨ ਤੋਂ ਕਾਲ ਕੀਤੀ ਸੀ, ਅਤੇ ਉਹ ਕਹਿ ਰਿਹਾ ਸੀ ਕਿ ਬੇਸਿਕਲੀ ਮੇਰੀ ਜੋਬ 'ਤੇ ਇੱਕ ਮਹਾਨ ਹੈਗਾ, ਉਹ ਸ਼ੀ ਇਜ਼ ਹੇਅਰ ਫੋਰ ਥੀਸਿਸ, ਥੀਸਿਸ 'ਤੇ ਆਈ ਹੈ। ਅਤੇ ਮੈਂ ਹੁਣ ਚਾਹ ਰਿਹਾ ਸੀ ਕਿ ਅਗਰ ਤੁਸੀਂ ਦੇ ਦਿਓ ਇਜਾਜ਼ਤ ਅਤੇ ਉਹ ਉੱਤੇ ਵਾਲਾ ਕਮਰਾ ਦੇ ਦਈਏ। ਅੱਛਾ ਚਲੋ, ਖੈਰ ਸਮਝ ਨਹੀਂ ਆ ਰਹੀ ਤੂੰ ਕੀ ਗੱਲ ਕਰ ਰਿਹਾ। ਚਲੋ ਛੱਡੋ ਤੁਸੀਂ, ਮੈਂ ਜਾਣਾ। ਠੀਕ ਹੈ ਦਸਤਗੀਰ, ਕਿੰਨੀ ਦਫਾ ਕਿਹਾ ਕਿ ਐਸਾ ਨਹੀਂ ਕਹੀਦਾ ਕਿ ਮੈਂ ਜਾਣਾ, ਕਹੀਦਾ ਕਿ ਮੈਂ ਜਾ ਕੇ ਆਣਾ। ਹਾਂਜੀ ਹਾਂਜੀ, ਅੱਛਾ ਠੀਕ ਹੈ। ਕਰੋੜ ਦੇ ਰਨਿੰਗ ਫਾਈਨਾਂਸ ਦੀ ਪੇਮੈਂਟ ਸਕੀਮ ਦੀ ਫਾਈਲ ਜਿਹੜੀ ਆਲਰੇਡੀ ਤੁਹਾਡੇ ਆਫਿਸ ਵਿੱਚ ਮੌਜੂਦ ਹੈ, ਹੁਣ ਇਸ ਲੋਨ ਦੇ ਕੋ ਸਾਈਨਰ ਤੁਸੀਂ ਦੋਵੇਂ। ਲੇਕਿਨ ਪਹਿਲੇ ਲੈ ਗਏ ਲੋਨ ਦੀ ਸਟੇਟਮੈਂਟ ਤਾਂ ਤੁਸੀਂ ਦੋਗੇ ਨਾ? ਆਫ ਕੋਰਸ। ਅਗਰ ਕੰਪਨੀ ਬੈਂਕਰਪਟ ਹੋ ਜਾਵੇ ਤਾਂ ਫਿਰ? ਉਹ ਜਿਹੜੀ ਪ੍ਰਾਪਰਟੀ ਪਹਿਲੇ ਮੌਰਗੇਜ ਹੈ ਜਿਹਦੀ ਕੀਮਤ 5 ਕਰੋੜ ਰੁਪਏ ਹੈ, ਉਹਦੇ ਬਾਰੇ ਤੁਸੀਂ ਦੋਵੇਂ ਅੰਦਾਜ਼ਾ ਕਰ। ਇਸ ਮੋਰਗੇਜ ਪ੍ਰੋਪਰਟੀ ਦੀ ਲਿਸਟ ਤੁਸੀਂ ਸਾਨੂੰ ਦੇ ਸਕਦੇ ਹੋ? ਜ਼ਰੂਰ। ਮੈਂ ਤੁਹਾਡੇ ਪ੍ਰੋਬਲਮ ਨੂੰ ਜਾਣਨਾ, ਤੁਸੀਂ ਦੋਵੇਂ ਇਸ ਬਿਜ਼ਨਸ ਵਿੱਚ ਨਵੇਂ ਹੋ, ਲੇਕਿਨ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਜ਼ਹਾਨਤ ਦੇ ਨਾਲ ਆਪਣੀ ਕੰਪਨੀ ਨੂੰ ਇਸ ਮੁਸ਼ਕਲ ਵਿੱਚੋਂ ਕੱਢ ਲਓਗੇ। ਬਹੁਤ ਬਹੁਤ ਸ਼ੁਕਰੀਆ ਮੈਨੇਜਰ ਸਾਹਿਬ। ਥੈਂਕ ਯੂ ਜੀ। ਫਿਰ ਵੀ ਇਸ ਮਸਲੇ ਦੇ ਵਿੱਚ ਮੇਰੀ ਜ਼ਰੂਰਤ ਹੋਵੇ ਤੇ ਮੈਂ ਹਾਜ਼ਰ ਹੋ ਜਾਵਾਂਗਾ ਜੀ। ਤੁਸੀਂ ਬਹੁਤ ਸ਼ੁਕਰੀਆ। ਵਾਹ ਆਬਿਦ ਮੁਰਾਦ ਵਾਹ, ਇਸ ਲੋਨ ਦੇ ਅਗੇਂਸਟ ਸਾਡਾ ਰਿਹਾਇਸ਼ੀ ਘਰ ਵੀ ਰੱਖਿਆ, ਲੇਕਿਨ ਮੁਰਾਦ ਚੌਧਰੀ ਦਾ ਘਰ ਨਹੀਂ। ਰਿਦਾ ਪਲੀਜ਼ ਆਪਣਾ ਟੈਂਪਰ ਲੂਜ਼ ਨਾ ਕਰ, ਇਹਦੇ ਨਾਲ ਕੀ ਫਰਕ ਪੈਂਦਾ ਕਿ ਕਿਹਦੀ ਪ੍ਰਾਪਰਟੀ ਮੋੜ ਕੇ ਚੋਰੀ, ਸਾਡੇ 'ਚ ਕੋਈ ਫਰਕ ਹੈ? ਫਰਕ ਇਹ ਵੇ ਆਬਿਦ ਮੁਰਾਦ, ਕਤਲ ਹਸਨ ਵਲੀ ਦਾ ਹੋਇਆ, ਯਾਨੀ ਕਿ ਮੇਰੇ ਬਾਪ ਦਾ। ਤੇਰਾ ਬਾਪ ਬਚ ਗਿਆ, ਘਰ ਸਾਡਾ ਮੌਰਗੇਜ ਹੋਇਆ, ਤੇਰਾ ਘਰ ਬਚ ਗਿਆ। ਇਹ ਮਹਿਜ਼ ਇਤਫਾਕ ਹੀ ਰਿਤਾ। ਇਹ ਇਤਫਾਕ ਸਾਡੇ ਨਾਲ ਕਿਉਂ ਹੋ ਰਹੇ ਨੇ? ਇੱਕ ਗੱਲ ਯਾਦ ਰੱਖੀ ਆਬਿਦ ਮੁਰਾਦ, ਜਿਹੜੇ ਲੋਕ ਸਾਨੂੰ ਸੜਕ ਤੇ ਲਿਆਉਣ ਦਾ ਸੋਚ ਰਹੇ ਨੇ, ਮੈਂ ਉਹਨਾਂ ਨੂੰ ਛੱਡ। ਤਮਾਸ਼ਾ ਨਾ ਬਣਾ ਰਿਤਾ, ਆਪਣੇ ਅੰਦਰ ਦਾ ਜ਼ਹਿਰ ਕੱਢ ਦੇ। ਤੂੰ ਰਿਸ਼ਤਿਆਂ ਨੂੰ ਪ੍ਰਾਪਰਟੀ ਨਾਲ ਤੋਲਣ ਲੱਗ ਪਈ, ਮੈਨੂੰ ਬੜਾ ਅਫਸੋਸ ਹੈ ਰਿਤਾ, ਬੜਾ ਅਫਸੋਸ ਹੈ।
ਸੀ ਆ ਫਾਈਲ ਤੋਂ ਸਾ ਮੰਗਵਾਈ ਸੀ ਉਹਤੇ ਮੰਗਵਾਈ ਸੀ ਓਏ ਤੂੰ ਸਾਡੇ ਬਰਾਬਰ ਹੀ ਬਹਿ ਗਿਆ ਨਹੀਂ ਨਹੀਂ ਸਾਹਿਬ ਜੀ ਨਹੀਂ ਸਾਡੀ ਤਾਂ ਇੱਜ਼ਤ ਹੀ ਅਸੀਂ ਬੜੀ ਕਰਦੇ ਹਾਂ ਸਾਹਿਬ ਜੀ ਅਸਲ ਵਿੱਚ ਗੱਲ ਹੈ ਵੇ ਕਿ ਮੈਂ ਆਪਣੇ ਤੋਂ ਥੱਲੇ ਵਾਲੇ ਅਮਲੇ ਦੀ ਬੜੀ ਇੱਜ਼ਤ ਕਰਨਾ ਬੜਾ ਰਹਿਣ ਦੇਣਾ ਮੈਨੂੰ ਬੜਾ ਪਿਆਰ ਆਉਂਦਾ ਹੈ ਪਿਆਰ ਪਿਆਰ ਤੋਂ ਮੈਨੂੰ ਪਿਆਰ ਯਾਦ ਆਇਆ ਹੈ ਕਿ ਆਪਣਾ ਇੰਸਪੈਕਟਰ ਖਾਂ ਅੱਜ ਕੱਲ੍ਹ ਪਤਾ ਨਹੀਂ ਕਿਹੜੇ ਖਿਆਲਾਂ 'ਚ ਗੁਆਚਿਆ ਰਹਿੰਦਾ ਜਦੋਂ ਵੇਖੋ ਮੇਰਾ ਮਤਲਬ ਹੈ ਉਹਦੇ ਸਾਹਮਣੇ ਕੋਈ ਨਾ ਕੁਛ ਹੈ ਹੀ ਫਿਰਦੀ ਰਹਿੰਦੀ ਹੈ ਮੈਨੂੰ ਸਮਝ ਨਹੀਂ ਆ ਰਹੀ ਉਹਨੂੰ ਹੋ ਕੀ ਗਿਆ ਉਹਦੇ 'ਤੇ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ ਉਹਦਾ ਕੰਮ 'ਚ ਧਿਆਨ ਨਹੀਂ ਹੈਗਾ ਖੈਰ ਕੋਈ ਗੱਲ ਨਹੀਂ ਹਾਂ ਹਾਂ ਅੱਛਾ ਮੇਰੀ ਗੱਲ ਸੁਣ ਜਦੋਂ ਤੈਨੂੰ ਇੰਸਪੈਕਟਰ ਖਾਂ ਮਿਲੇ ਨਾ ਤਾਂ ਉਹਦੇ ਸਾਹਮਣੇ ਮੇਰੀਆਂ ਤਾਰੀਫਾਂ ਕਰਨੀਆਂ ਹਾਂ ਤੁਹਾਨੂੰ ਕਹਿਣਾ ਕਿ ਉਹ ਦਿਨ ਦੂਰ ਨਹੀਂ ਜਦੋਂ ਹਵਲਦਾਰ ਕੌੜੇ ਨੂੰ ਓਏ ਇੰਨੇ ਕੁ ਫੁੱਲ ਲੱਗਣਗੇ ਇੱਧਰ ਫੁੱਲ ਇੱਧਰ ਫੁੱਲ ਬਲਕਿ ਮੈਂ ਮੋਢੇ 'ਤੇ ਗਮਲੇ ਰੱਖ ਕੇ ਫਿਰਾਂਗਾ ਫਿਰ ਪੁੱਛਾਂਗਾ ਓਏ ਉੱਥੇ ਕੀ ਹੁੰਦੀ ਹੈ ਕਾਤਲ ਬਹੁਤ ਜਲਦ ਗ੍ਰਿਫਤਾਰ ਹੋ ਜਾਏਗਾ ਕਦੋਂ ਗ੍ਰਿਫਤਾਰ ਹੋ ਜਾਏਗਾ ਹੱਦ ਹੁੰਦੀ ਹੈ ਵਕੀਲ ਸਾਹਿਬ ਤੁਸੀਂ ਉਹਨਾਂ 'ਤੇ ਪ੍ਰੈਸ਼ਰ 'ਤੇ ਪਾਓ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰੋ ਮੈਨੂੰ ਤਾਂ ਲੱਗਦਾ ਹੈ ਮੁਰਾਦ ਅੰਕਲ ਦੀ ਫੈਮਿਲੀ ਨਾਲ ਪੁਲਿਸ ਮਿਲੀ ਹੋਈ ਹੈ ਅਤੇ ਉਹ ਸਭ ਇਹ ਚਾਹੁੰਦੇ ਨੇ ਕਿ ਇਸ ਕੇਸ ਨੂੰ ਇੱਥੇ ਬੰਦ ਕਰ ਦਿੱਤਾ ਜਾਏ ਹਰਗਿਜ਼ ਨਹੀਂ ਇੱਥੇ ਮੈਂ ਤੁਹਾਡੇ ਨਾਲ ਇਖਤਲਾਫ ਕਰਾਂਗਾ ਤੁਹਾਨੂੰ ਯਕੀਨ ਨਹੀਂ ਆਵੇਗਾ ਮੁਰਾਦ ਚੌਧਰੀ ਦੀ ਫੈਮਿਲੀ ਇਸ ਕੇਸ 'ਚ ਤੁਹਾਡੀ ਕਿੰਨਾ ਹੈਲਪ ਕਰ ਰਹੀ ਆਬਦ ਸਾਹਿਬ ਅਤੇ ਬਲਕਿ ਇਸ ਕੇਸ ਦੀ ਇਨਕੁਆਇਰੀ ਲਈ ਪੁਲਿਸ ਨੂੰ 3-4 ਵਾਰੀ ਕਹਿ ਵੀ ਚੁੱਕੇ ਨੇ ਮੇਰਾ ਤਾਂ ਖਿਆਲ ਹੈ ਅਸੀਂ ਮੁਰਾਦ ਸਾਹਿਬ 'ਤੇ ਸ਼ੱਕ ਕਰਕੇ ਅਸਲ ਮੁਜਰਮ ਤੋਂ ਨਜ਼ਰਾਂ ਚੁਰਾ ਰਹੇ ਹਾਂ ਮੈਂ ਤਾਂ ਕਹਿੰਦਾ ਸਾਨੂੰ ਹਸਨ ਸਾਹਿਬ ਦਾ ਕਾਤਲ ਮਿਲ ਕੇ ਲੱਭਣਾ ਚਾਹੀਦਾ ਹਸਨ ਅੰਕਲ ਦੇ ਕਾਤਲ ਨੂੰ ਅਸੀਂ ਮਿਲ ਕੇ ਵੀ ਲੱਭ ਸਕਦੇ ਹਾਂ ਰਿਦਾ ਮੇਰਾ ਖਿਆਲ ਹੈ ਵਕੀਲ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਠੀਕ ਹੈ ਵਕੀਲ ਸਾਹਿਬ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਦਫ਼ਤਰ ਨਾ ਸੰਭਾਲ ਲੈਂਦਾ ਮੈਂ ਇੱਕ ਸੋਸ਼ਲ ਵਰਕਰ ਹਾਂ ਅਤੇ ਲੋਕਾਂ ਦੇ ਦੁੱਖ ਵੰਡਣਾ ਵਾ ਪਰ ਅਸਨ ਸਾਡੇ ਦੁੱਖ ਕਦੋਂ ਖਤਮ ਹੋਣਗੇ ਅਤੇ ਵੈਸੇ ਵੀ ਤੂੰ ਇੰਨੇ ਦਿਨਾਂ ਤੋਂ ਮੈਨੂੰ ਮਿਲਿਆ ਨਹੀਂ ਅਤੇ ਫਿਰ ਇਹਦਾ ਮਤਲਬ ਹੈ ਜਨਾਬ ਕਿ ਅੱਜ ਕੱਲ੍ਹ ਮੌਸਮ ਬਹੁਤ ਅੱਛਾ ਹੈ ਚਾਹ ਪੀ ਰਹੇ ਹਾਂ ਕਿਸੇ ਅੱਛੀ ਜਿਹੀ ਜਗ੍ਹਾ 'ਤੇ ਬੋਲਣਾ ਨਾ ਨਾਲੇ ਗੱਲਾਂ ਵੀ ਕਰਾਂਗੇ ਨਾ ਅੱਛਾ ਚੱਲ ਠੀਕ ਹੈ ਓਕੇ ਅੱਲਾ ਹਾਫਿਜ਼ ਮਾਮਾ ਜੀ ਖਾਣਾ ਲਾ ਦਿਆਂ ਥੋੜ੍ਹੀ ਦੇਰ ਠਹਿਰ ਜਾ
उन्हें तेरा भरा आंदा है तो कट्ठे ही खाना खा लेने। ले उन्हें गल मेरे मूंह सी कि तू आ भी गया। मेरी माँ मैनू याद करे तो मैं देर ला दूँ, यह किस तरह हो सकता? क्या ले तेरा? मैं ठीक हूँ माँ जी। तेरा कमरा मैं उतने ठीक करवा देता है। थैंक यू माँ जी, बहुत शुक्रिया। चंदा तू इस तरह कर, तू इन्हें लेके उत्ते जा, तेरा कमरा उखा जा। जी माँ जी। मनु तो ये कोई अजीब जी स्मेल आई। मैनू लगता है माँ जी कि साढ़े मेहमान ने कोई चंगा जहा परफ्यूम लाया। परफ्यूम के काफूर? ओफो माँ जी, मैनू लगता है कि अजकल तुहानू खुशबुआं की पहचान भुल गई। वहम ना क्या करो। मनु तो लगता है कि खुशबुआं की पहचान तैनू भुल गई। ओके ठीक है।